एक मिलस कोट हुसैन अल मारूफ कोट तंजीब इमाम बाग का बाबुल हबैब में जिसमें किबलामा दूसरी मजलिस है बारमकान किबला जुनैद इकबाल पंकू साहब शामी रोड जिसमें रामा हाफिज सिद्दीक साहब खिताब फरमाएंगे। मेरी एक इस्तेहा है कि शहर में हमारे बेहतरीन असूल है कि एक मजलिस होती है। आइंदा ये मजलिस बराए करम दोनों में से एक तारीफ तब्दील कर ताकि शहर एक जगह जाए हम फिर ना रहे। मेरी ये अपील है बानियान से कोट हुसैन वालों से मेरा जुनैद इकबाल पंकू साहब से भी कि 10 अप्रैल उनकी 40 साल से है दोनों में से एक आदमी तारीफ तब्दील कर। जाकर अल बैर इंदा हुसैन अबू जली साहब इनके बाद जाकर अल बैर मलक मैसम अली साहब मंगोवार गुजरात अजीज मोहतरम बिरादरे मुकर्रम ज़ाकिर अहले बैत जनाबे ज़बान अली इमरान जाफरी साहिब के वालिद मोहतरम बादशाह की दूसरी सल्तनत चूंकि मुंतकिल हो चुके हैं उन्होंने वसीला सफर के वास्ते एक दफा सूरह फातिहा है जिसका रूहान भी इक्तदार है।
ਤੁਸੀਂ ਖਾਂਦੇ ਹੋ ਉਹ ਜਿਸਮ ਦੀ ਗਿਜ਼ਾ ਹੈ, ਜਿਹੜਾ ਸੁਣਦੇ ਪਏ ਹੋ ਇਹ ਰੂਹ ਦੀ ਨਾ। ਇਸ ਤੋਂ ਬਗੈਰ ਬੰਦਾ ਰਹਿ ਸਕਦਾ ਹੈ ਨਾ ਉਸ ਤੋਂ। ਲਜਪਾਲ ਤੁਹਾਨੂੰ ਸਲਾਮਤ ਫਰਮਾਵੇ, ਸਲਾਮਤ ਰੱਖੇ। ਹਰ ਕੋਈ ਆਪਣੇ ਤਾਲੁਕ ਦਾ ਇਜ਼ਹਾਰ ਕਰਨ ਵਾਸਤੇ, ਅਲੀ ਇਮਰਾਨ ਦੇ ਮੱਥੇ ਲੱਗਣ ਵਾਸਤੇ ਆਇਆ ਹੋਇਆ ਹੈ। ਕੋਈ ਸੁਣ ਕੇ, ਕੋਈ ਸੁਣਾ ਕੇ, ਬਸ ਹਾਜ਼ਰੀ ਹੈ 5-7 ਮਿੰਟ ਦੀ। ਕਬੂਲ ਫਰਮਾਵੇ ਜੀ। ਕਮਲ ਕੇ ਨਾਮ ਸੇ ਪਹਿਲੇ ਕਲੀ ਲਿਖਣਾ ਜ਼ਰੂਰੀ ਹੈ। ਰੁਖੇ ਨੂਰੇ ਵਿਲਾਇਤ ਬੇ ਵਲੀ ਲਿਖਣਾ ਜ਼ਰੂਰੀ ਹੈ। ਅਲੀ ਮਸਜਿਦ ਵਾਲਿਓ, ਕਫੇ ਨਕਸ਼ੇ ਕਫਨ ਪੇ ਜਬ ਕਭੀ ਤਹਿਰੀਰ ਤੁਮ ਲਿਖਣਾ, ਉਸ ਤਹਿਰੀਰ ਮੇ ਨਾਦੇ ਅਲੀ ਲਿਖਣਾ ਜ਼ਰੂਰੀ ਹੈ। ਤਹਿਰੀਰ ਮੇ ਲਿਖਣਾ ਜ਼ਰੂਰੀ ਹੈ। ਕਿਉਂ ਨਾਦੇ ਅਲੀ ਲਿਖਣੇ ਹਨ? ਬਿਸਮਿਲ੍ਲਾ ਸਰਦਾਰ, ਦਮ ਬਦਮ ਮਿਰਦੇ ਜ਼ੁਬਾਂ ਅੰਬੀਆ ਨਾਦੇ ਅਲੀ। ਦਮ ਬਦਮ ਮਿਰਦੇ ਜ਼ੁਬਾਂ ਅੰਬੀਆ ਨਾਦੇ ਅਲੀ, ਹੈ ਅਤੀਆ ਏ ਅਤਾਏ ਮੁਸਤਫਾ ਨਾਦੇ ਅਲੀ। اور ہاں میری لحد میں میرا مشکل کشا آ گیا، میں نے جب زیر لحد جا کے پڑا ناد علی۔ مومن کا وصال ہو گیا، منتقل ہو گیا، آ گئے فرشتہ گان، ਉਹਨਾਂ ਸਵਾਲ ਕਰਨੇ ਸ਼ੁਰੂ ਕੀਤੇ। ਬਿਸਮਿਲ੍ਲਾ ਬਿਸਮਿਲ੍ਲਾ ਆਓ ਜੀ ਆਓ। ਬਾਹਰ ਇੱਕ ਮੋਮਨ ਬੜਾ ਸੌੜਾ ਪਿਆ, ਉਹ ਹੀ ਦੱਸਣ ਲੱਗਾ ਜਿਵੇਂ ਤੁਸੀਂ ਸੌੜੇ ਪੈ ਗਏ। ਉਹ ਵੀ ਆਖਣ ਲੱਗਾ, ਸੁਣਿਆ ਬੜੀ ਤਾਰੀਖੀ ਹੁੰਦੀ ਹੈ, ਬੜੀ ਵਹਿਸ਼ਤ ਹੁੰਦੀ ਹੈ, ਫਰਿਸ਼ਤੇ ਆਉਂਦੇ ਨੇ ਸਵਾਲ ਕਰਦੇ ਨੇ, ਹੱਥਾਂ 'ਚ ਉਹਨਾਂ ਦੇ ਬੁਰਜ਼ ਹੁੰਦੇ। ਹੁਣ ਆਪ ਦੱਸੋ, ਦੁਨੀਆਂ 'ਤੇ ਇੱਕ ਫਰਿਸ਼ਤਾ ਵੇਖ ਲਵੇ ਬੰਦਾ ਤਾਂ ਦੁਨੀਆਂ 'ਤੇ ਰਹਿਣ ਜੋਗਾ ਨਹੀਂ ਰਹਿੰਦਾ, ਅਤੇ ਜਿਹਦੇ ਕੋਲ ਇਕੱਠੇ ਦੋ ਆ ਜਾਣ ਤਾਂ ਉੱਥੋਂ ਰਾਹ ਵੀ ਕਿਸੇ ਪਾਸੇ ਦਾ ਨਾ ਫਿਰ ਤਾਂ ਉਹਨਾਂ ਹੀ ਕਰਨਾ ਨਾ ਨੌਕਰ। ਉਹਨਾਂ ਕੋਲ ਮਸਲਾ ਇਹ ਤਾਂ ਹੀ ਹੱਲ ਹੋਵੇ ਜੇ ਉੱਧਰ ਦਾ ਬੰਦਾ ਜਬ ਸਮੇ ਲੱਗੇ ਦੱਸੇ ਅੰਦਰੀ ਹਾਲਾਤ ਕਿਆ ਹੈ। ਬਸ ਕਲੈਂਚ ਹੈ, ਉਹ ਘਰ ਆ ਕੇ ਉਹਨੇ ਦੋ ਰਕਤ ਨਮਾਜ਼ ਵੈਸ਼ਨ ਤੁਸੀਂ ਮਰਹੂਮ ਦੇ ਵਾਸਤੇ ਪੜ੍ਹੀ, ਇਤਫਾਕ ਦੇ ਨਾਲ ਉਹ ਹੀ ਨਵੀਂ ਮੋਮਿਨ, ਭਾਈ ਸ਼ਰਤ ਬਾਜ਼ ਆ ਰਹੀ ਹੈ, ਉਹ ਹੀ ਮੋਮਿਨ ਮਿਲ ਗਿਆ। ਬੜਾ ਹਸ਼ਾਸ਼ ਬਸ਼ਾਸ਼ ਖੁਸ਼ ਆਦਮ, ਮੈਂ ਤਾਂ ਕੁਝ ਹੋਰ ਸੁਣਿਆ ਮਗਰ ਤੂੰ ਤਾਂ ਬੜਾ ਮੈਨੂੰ ਮੁਤਮਿਨ ਨਜ਼ਰ ਆ ਰਿਹਾ, ਕਿਆ ਤੇਰੇ ਕੋਲ ਫਰਿਸ਼ਤੇ ਆਏ? ਕਿਆ ਮੁਨਕਰ ਤੇ ਲੱਗੀ ਰਾਏ? ਅਦਾ ਮੇਰੇ ਕੋਲ ਮੁਬਸ਼ਰ ਤੇ ਬਸ਼ੀਰ ਆਏ। ਅੰਦਰ ਸੁਣਿਆ ਬੜੀ ਤਾਰੀਕੀ ਹੁੰਦੀ ਹੈ, ਬੜੀ ਵਹਿਸ਼ਤ ਹੁੰਦੀ ਹੈ ਕਮਰੇ 'ਚ, ਤੇਰੇ ਕੋਲ ਜੇ ਫਰਿਸ਼ਤੇ ਆਏ ਤਾਂ ਉਹਨਾਂ ਕੋਲ ਗੱਲਾਂ ਬਾਤਾਂ ਕੀਤੀਆਂ? ਹਾਂ ਕੀਤੀਆਂ। ਕੀ ਅਦੇ ਆ ਕੇ ਮੁਝਸੇ ਬਾਦਸ਼ਾਹੀ ਕਾ ਗੁਫ਼ਤਗੂ ਕਰਨੇ ਲੱਗੇ। ਨਹੀਂ ਫਿਰ ਇੱਕ ਦਫ਼ਾ ਮੈਂ ਸੁਣ ਆ ਕੇ ਮੁਝਸੇ ਬਾਸਲੀ ਕਾ ਗੁਫ਼ਤਗੂ ਕਰਨੇ ਲਗੇ, ਬਸ ਜ਼ਰਾ ਸੀ ਦੇਰ ਮੇਂ ਮੇਰਾ ਭਰਮ ਭਰਨੇ ਲਗੇ। ਕਿਵੇਂ ਯਾਦ ਹੈ? ਜਬਕਿ ਆ ਮੈਨੇ ਜ਼ਰਾ ਉਨ ਪੇ ਇਮਾਮਤ ਕਾ ਸਵਾਲ, ਖੌਫ ਕੇ ਮਾਰੇ ਵਹੀ ਨਾਦੇ ਅਲੀ ਪੜ੍ਹਨੇ। ਆਹ
ਤੇ ਇਹ ਹਮੇਸ਼ਾ ਆਪਣੇ ਤੋਂ ਛੋਟੇ ਨੂੰ ਆਖਣ ਜਾਂ ਕਹਿੰਦੇ ਆਪਣੇ ਤੋਂ ਵੱਡੇ ਨੂੰ ਇੱਕ ਸਲਵਾਤ ਬਣ ਜਾਵੇ ਮਿਲ ਕੇ ਸਾਈਆਂ ਦੇ ਜ਼ਿਕਰ ਦੀ ਕਿਆ ਬਾਤ ਤੁਹਾਡੀ ਕਿਆ ਬਾਤ ਇਮਾਮ ਹੁਸੈਨ ਸਾਨੂੰ ਵਸਦਾ ਰੱਖੇ ਕੱਲ ਜਿਹੜਾ ਦਿਨ ਗੁਜ਼ਰਿਆ ਹੈ ਉਸਨੂੰ ਇੱਜ਼ਤ ਬਖਸ਼ੀ ਦੀ ਇੱਜ਼ਤ ਅਦਾ ਕੀਤੀ ਉਸ ਬਾਦਸ਼ਾਹ ਦੀ ਪਾਕ ਮਾਦਰੀ ਗਿਰਾਮੀ ਨੇ ਜਿਸ ਦੇ ਪੁੱਤਰ ਦਾ ਪਰਚਮ ਕਾਇਨਾਤ ਵਿੱਚ ਇੱਜ਼ਤਾਂ ਤਕਸੀਮ ਕਰਦਾ ਹੈ ਇਜਾਜ਼ਤ ਹੋਵੇ ਤੇ ਮੈਂ ਦੋ ਸ਼ੇਰ ਉਸੇ ਮੁਅੱਜ਼ਮਾਂ ਦੀ ਸ਼ਾਨ ਤੇ ਸੁਣ ਸਕਦਾ ਬਾਬਾ ਦੇ ਬੁਲੰਦ ਸਲਾਮ ਕਰੋ ਮੇਰੇ ਮੁਰਸ਼ਦ ਮਾਲਿਕ ਉਹਨਾਂ ਦੇ ਦਰਜਾ ਬੁਲੰਦ ਫਰਮਾਵੇ ਪੀਰ ਸੈਯਦ ਮਨਜ਼ੂਰ ਹੈ ਉਹਨੇ ਇੱਕ ਮੁਸੱਦਸ ਇਸ ਬੀਬੀ ਦੀ ਸ਼ਾਨ ਦਾ ਲਿਖਿਆ ਹੈ ਇਜਾਜ਼ਤ ਹੈ ਪਹਿਲੇ ਮੈਂ ਉਹਨਾਂ ਦਾ ਹਿੱਸਾ ਦੇ ਉਮਲ ਬਨੀ ਖਾਲਕੇ ਲਫਜ਼ੇ ਵਫਾ ਕੀ ਸੁਖਨ ਦਾ ਇਲਾਕਾ ਹੈ ਸੁਖਨ ਦੇ ਸਰਜ਼ਮੀਨ ਹੈ ਸੁਖਨ ਦੇ ਜੌਹਰੇ ਬੈਠੇ ਹੈ ਤੁਹਾਡਾ ਰਿਵਾਜ ਮੁਨਫਰਦ ਹੈ ਮੇਰੇ ਤੋਂ ਬਾਅਦ ਇੱਕ ਇਦਾਰਾ ਤਸ਼ਰੀਫ ਫਰਮਾ ਹੋਣ ਵਾਲਾ ਹੈ ਮੁਰਸ਼ਦ ਪੀਰ ਸੈਯਦ ਮੁਹੰਮਦ ਅੱਬਾਸ ਰਿਜ਼ਵੀ ਤਸ਼ਰੀਫ ਲੈ ਆਏ ਹਨ ਮੈਂ ਉਹਨਾਂ ਦੇ ਉਸਤਾਦ ਦੇ ਮੁਹਤਰਮ ਦਾ ਕਲਾਮ ਕਰਾਂ ਉਮਲ ਬਨੀ ਖਾਲਕੇ ਲਫਜ਼ੇ ਵਫਾ ਕੀ ਮਾਂ ਆਉਣਗੇ ਮੇਰੇ ਅੱਗੇ ਮੈਂ ਉਹਨਾਂ ਨੂੰ ਵੇਖ ਕੇ ਆਖਿਆ ਹੁਣ ਤੁਸੀਂ ਮੇਰੇ ਅੱਗੇ ਉਮਲ ਬਨੀ ਖਾਲਕੇ ਲਫਜ਼ੇ ਵਫਾ ਕੀ ਮਾਂ ਸਬਰੋ ਰਜ਼ਾ ਕੀ ਹੁਸਨ ਕੀ ਜੂਦੋ ਸਖਾ ਕੀ ਮਾਂ ਬਹੁਤ ਮਿਹਰਬਾਨੀ ਹੱਦ ਹੈ ਕਿ ਮੁਸਤਫਾ ਕੀ ਦੁਆ ਕੀ ਦੁਆ ਕੀ ਮਾਂ ਕਰਿਆ ਜੀ ਹੱਦ ਹੈ ਕਿ ਮੁਸਤਫਾ ਕੀ ਦੁਆ ਕੀ ਦੁਆ ਕੀ ਮਾਂ ਯਾਨੀ ਮੁਸ਼ਕਲ ਕੁਸ਼ਾ ਕੇ ਘਰ ਕੇ ਮੁਸ਼ਕਲ ਕੁਸ਼ਾ ਕੀ ਮਾਂ ਮਿਹਰਬਾਨੀ ਮਿਹਰਬਾਨੀ ਔਰ ਬੀਬੀ ਕੋ ਇੱਕ ਸਕੂਨ ਕਾ ਅਹਿਸਾਸ ਦੇ ਦਿਆ ਹੱਦ ਹੋ ਗਈ ਅਲੀ ਕੋ ਵੀ ਅੱਬਾਸ ਦੇ ਦਿਆ ਹੁਣ ਨਾਰਾ ਸੁਣਾਓ ਤੇ ਮੈਂ ਜਨਾਬ ਨੂੰ ਬਿਲਕੁਲ ਤਾਜ਼ਾ ਕਲਾਮ ਸਲਵਾਤ ਇਸ਼ਾਨ ਫਰਮੇ ਸਵਾਲੀਆ ਮੁਅੱਜ਼ਮ ਬੀਬੀ ਜਹਾਂ ਮੇ ਮਾਦਨੇ ਸ਼ਰਮੋ ਹਯਾ ਹੈ ਮਨਸਾ ਕਿਮਲਾ ਤੱਕ ਆਵਾਜ਼ ਪਹੁੰਚਦੀ ਪਈ ਗੁਜ਼ਾਰਿਸ਼ ਮੈਂ ਪੇਸ਼ ਕਰ ਬਹੁਤ ਮਿਹਰਬਾਨੀ ਕਰਾਏ ਮਾਸੂਮਾਂ ਨੇ ਇਸਤਕਬਾਲ ਵਾਸਤੇ ਸਾਰੇ ਮਿਲ ਕੇ ਨਾਰਾ ਸੁਣਾਓ ਅਗਰ ਸੁਣਾਉਣਾ ਹੈ ਮੁਅੱਜ਼ਮਾ ਮੇਰੀ ਸੈਨ ਮਾਦਰੇ ਗਿਰਾਮੀ ਸਰਕਾਰੇ ਰੱਬੇ ਵਫਾ
कौन भैया है अल के हम सफर में वफा है बुलंदर सलवा मैं शेर सुनना बड़ी जल्दी जल्दी मैं मुअज्जमा दे इख्तियार पे सुनांदा चलो शेर सुनो तुझे हो आ
नहीं
लजपाल धर्म वास्ता रखे, किसे नु दुखी ना देखन आला, किसे नु परेशान ना देखन आला। हुसैन इंज दा फिर इस उम्मत ने उस नु परेशान किया, इंज दा दुखी किया है, उस दे दुखां दा आप अंदाजा करे है जो चौथे बादशाह कफन च भी खून पै रोते। मौला भाकर पुछते हैं, बाबा हूं तो टुरे बंदे अजे भी अखा चो खून, खून तेज होया कफन चो आवाज आई भाकर मैं अजे भी रज के प्यू नू रो नहीं सका। कुफियां दी पेशी नहीं पी थोड़ा जी, अकबर दा ज़ीन तो लहना नहीं पिया। एक मोमन ने पूछा ही ना पैरा ते हाथ ला के, मौला हर वेले खून रोंदे, अदन मैं तू आप दस मेरे सक्के वीर दा कातल भी मेरे नाल है, मैं उसने चुप करके ले गया। हसदा है ही नहीं मौला की गल्ला करता है सरकारा ने मेरे तो पूछना चाहना है। सरकारा ने अकबर दा कातिल हस हस के दस जुल्म अपने दाल आदाए मैं यूसुफ लाए सैयदा दाज उम्र 18 ਕਿਹੜੀ ਗੱਲ ਕੀਤੀ ਸੀ ਆਦਾ ਹੈ ਮੈਂ ਜਾਣ ਕੇ ਬੰਛੀ ਫਰ ਛੋੜੀ ਰੱਖ ਵਿੱਚ ਮਹਿਲ ਖਿਆਵੇ ਜਡਾ ਥਲ ਚਿਕ ਸੀ ਆਪੇ ਮੁਖ ਐਸੀ ਪਿਓ ਪੁੱਤਰ ਜਵਾਨ ਦੇ Wow.